ਪੰਜਾਬੀ ਡਿਕਟੇਸ਼ਨ ਸਪੀਡ 100 ਸ਼ਬਦ ਪ੍ਰਤੀ ਮਿੰਟ ਅੰਜੀ ਰੈਡੀ ਸਟਾਰਟ ਵੱਖ-ਵੱਖ ਸਥਾਨਾਂ ਦੀ ਯਾਤਰਾ ਕਰਨਾ ਇੱਕ ਦਿਲਚਸਪ ਪੁਸਤਕ ਪੜਨ ਵਾਂਗ ਹੈ ਟੰਡੀ ਪਿੰਨ-ਪਿੰਨ ਥਾਵਾਂ ਦੀ ਸੈਰ ਕਰਕੇ ਵਿਅਕਤੀ ਖੁਸ਼ੀ ਹੀ ਮਹਿਸੂਸ ਨਹੀਂ ਕਰਦਾ ਸਗੋਂ ਉਸ ਦੀ ਆਮ ਜਾਣਕਾਰੀ ਵਿੱਚ ਕੁਝ ਨਾ ਕੁਝ ਵਾਦਾ ਜ਼ਰੂਰ ਹੁੰਦਾ ਹੈ ਟੰਡੀ ਇਸ ਲਈ ਹਰ ਵਿਅਕਤੀ ਨਵੇਂ-ਨਵੇਂ ਸਥਾਨ ਵੇਖਣ ਦਾ ਹਮੇਸ਼ਾ ਹੀ ਚਾਹਵਾਨ ਰਿਹਾ ਹੈ ਡੰਡੀ ਸੰਸਾਰ ਦਾ ਸਭ ਤੋਂ ਵੱਡਾ ਦਿਲ ਖਿੱਚਵਾ ਅਤੇ ਬਹਿਸ਼ਤ ਰੂਪੀ ਸਥਾਨ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ ਡੰਡੀ ਵੱਡੇ ਵੱਡੇ ਸਿਆਸਤਦਾਨ ਅਮੀਰ ਲੋਕ ਅਤੇ ਖੋਰ ਸਿਰਕਡ ਵਿਅਕਤੀ ਸਵਿਟਜ਼ਰਲੈਂਡ ਦੀ ਸ਼ਹਿਰ ਕਰਨਾ ਆਪਣਾ ਗੌਰਵ ਸਮਝਦੇ ਹਨ ਡੰਡੀ ਇਹ ਇੱਕ ਸ਼ਾਂਤੀਪੂਰਵਕ ਇਲਾਕਾ ਹੈ ਜੋ ਕਿਸੇ ਕਿਸਮ ਦੀ ਸਿਆਸਤ ਵਿੱਚ ਭਾਗ ਨਹੀਂ ਲੈਂਦਾ ਡੰਡੀ ਪੈਰਾ ਹਰ ਦੇਸ਼ ਵਿੱਚ ਕੁਦਰਤੀ ਤੌਰ ਤੇ ਮਨਮੋਹਣੇ ਅਤੇ ਸੁੰਦਰ ਸਥਾਨ ਹੁੰਦੇ ਹਨ ਡੰਡੀ ਭਾਰਤ ਵਿੱਚ ਕਸ਼ਮੀਰ ਕੁੱਲੂ ਮਨਾਲੀ ਬੰਗਲੌਰ ਆਦਿ ਸ਼ਾਂਤ ਅਤੇ ਕੁਦਰਤੀ ਨਜ਼ਾਰੇ ਪੇਸ਼ ਕਰਨ ਵਾਲੇ ਸਥਾਨ ਹਨ ਡੰਡੀ ਸੰਗਣੀ ਆਬਾਦੀ ਵਾਲੇ ਅਤੇ ਬਹੁਤ ਰੌਣਕ ਵਾਲੇ ਬੰਬਈ ਕਲਕੱਤਾ ਮਦਰਾਸ ਦਿੱਲੀ ਆਦਿ ਸ਼ਹਿਰ ਕਹੇ ਜਾ ਸਕਦੇ ਹਨ ਡੰਡੀ ਪੰਜਾਬ ਰਾਜ ਨੇ ਵੱਖਰਾ ਟੂਰਿਸਟ ਵਿਭਾਗ ਡਾਇਰੈਕਟਰ ਦੀ ਨਿਗਰਾਨੀ ਹੇਠ ਸਥਾਪਿਤ ਕੀਤਾ ਹੈ ਡੰਡੀ ਪੰਜਾਬ ਰਾਜ ਭਾਵੇਂ ਹੁਣ ਬਹੁਤ ਛੋਟਾ ਰਹਿ ਗਿਆ ਹੈ ਅਤੇ ਪੰਜਾ ਦਰਿਆਵਾਂ ਦੀ ਧਰਤੀ ਹੋਂ ਦਾ ਗੌਰਵ ਗਵਾ ਬੈਠਾ ਹੈ ਪਰ ਲੋਕਾਂ ਵਾਸਤੇ ਸਹਿਰ ਸਪਾਟੇ ਦੇ ਸਾਧਨ ਅਰਪਣ ਕਰਨ ਦੀ ਸਮਰੱਥਾ ਰੱਖਦਾ ਹੈ ਡੰਡੀ ਹੋਰ ਥਾਮਾ ਤੋਂ ਛੁੱਟ ਚੰਡੀਗੜ੍ਹ ਪੰਜਾਬ ਰਾਜ ਦੀ ਰਾਜਧਾਨੀ ਇੱਕ ਅਨੋਖਾ ਸ਼ਹਿਰ ਹੈ ਅਤੇ ਸੰਸਾਰ ਦੇ ਪ੍ਰਸਿੱਧ ਸ਼ਹਿਰਾਂ ਵਿੱਚ ਵਿੱਚੋਂ ਇੱਕ ਅਜੂਬੇ ਦੀ ਨਿਆਈ ਹੈ ਡੰਡੀ ਇੱਥੇ ਸ਼ਹਿਰੀ ਅਤੇ ਪਿੰਡੂ ਜੀਵਨ ਦਾ ਸੁਮੇਲ ਹੈ ਡੰਡੀ ਇਸ ਨੂੰ ਆਧੁਨਿਕ ਜ਼ਮਾਨੇ ਦੀ ਸ਼ਹਿਰ ਉਸਾਰੀ ਦਾ ਕਲਾ ਦਾ ਸ਼ਲਾਗਾਯੋਗ ਨਮੂਨਾ ਕਿਹਾ ਜਾ ਸਕਦਾ ਹੈ ਡੰਡੀ ਸਾਰਾ ਸਾਲ ਦੂਰ ਨੇੜਿਓਂ ਹਜ਼ਾਰਾਂ ਵਿਅਕਤੀ ਸੈਰਸਪਾਟੇ ਲਈ ਇੱਥੇ ਆਉਣਾ ਆਪਣਾ ਮਾਣ ਸਮਝਦੇ ਹਨ ਡੰਡੀ ਪੰਜਾਬ ਦੇ ਬਾਕੀ ਸ਼ਹਿਰਾਂ ਬਾਰੇ ਅਗਲੇ ਅਭਿਆਸ ਵਿੱਚ ਵੱਖਰੀ ਜਾਣਕਾਰੀ ਦਿੱਤੀ ਗਈ ਹੈ ਟੰਡੀ ਅਗਲਾ ਪੈਰਾ ਅਸਲ ਵਿੱਚ ਪੰਜਾਬ ਰਾਜ ਵਿੱਚ ਸੈਰਸਪਾਟੇ ਦੇ ਵਿਕਾਸ ਦਾ ਕੰਮ 1951 ਵਿੱਚ ਹੀ ਆਰੰਭ ਕੀਤਾ ਗਿਆ ਸੀ ਡੰਡੀ ਇਸ ਕਾਰਜ ਲਈ ਜੋ ਕਮੇਟੀ ਬਣਾਈ ਗਈ ਪੰਜਾਬ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਉਸ ਦੇ ਪ੍ਰਧਾਨ ਥਾਪੇ ਗਏ ਸਨ ਡੰਡੀ ਪਰੰਤੂ ਪਹਿਲੀ 5 ਸਾਲਾ ਯੋਜਨਾ ਵਿੱਚ ਸਰਮਾਇਏ ਦੀ ਥੋੜ੍ਹ ਕਾਰਨ ਇਸ ਪਾਸੇ ਕੋਈ ਉਚੇਚਾ ਕਦਮ ਨਾ ਉਠਾਇਆ ਜਾ ਸਕਿਆ ਡੰਡੀ ਦੂਜੀ ਅਤੇ ਤੀਜੀ ਪੰਜ ਸਾਲਾ ਯੋਜਨਾਵਾਂ ਵਿੱਚ ਪੰਜਾਬ ਰਾਜ ਅੰਦਰ ਸਹਿਰ ਸਪਾਟੇ ਦੇ ਵਿਕਾਸ ਵੱਲ ਅਮਲੀ ਤੌਰ ਤੇ ਕਾਫੀ ਕਮ ਹੋਇਆ ਡੰਡੀ ਇਨ੍ਹਾਂ ਯੋਜਨਾਵਾਂ ਦੌਰਾਨ ਖਾਸ ਤੌਰ ਤੇ ਕੁਲੂ ਅਤੇ ਕਾਂਗੜਾ ਦੀਆਂ ਵਾਦੀਆਂ ਅਤੇ ਸ਼ਿਮਲੇ ਜ਼ਿਲ੍ਹੇ ਵਿੱਚ ਟੂਰਿਸਟ ਸੈਂਟਰਾਂ ਤੋਂ ਛੁੱਟ ਨੰਗਲ ਅਤੇ ਪਠਾਨਕੋਟ ਦੇ ਟੂਰਿਸਟ ਸੈਂਟਰਾਂ ਦੇ ਵਿਕਾਸ ਉੱਪਰ ਕਾਫੀ ਜ਼ੋਰ ਦਿੱਤਾ ਜਾਂਦਾ ਰਿਹਾ ਡੰਡੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਦਰਿਆ ਰਾਵੀ ਦੇ ਕੰਡੇ ਤੇ ਸਥਿਤ ਸ਼ਾਹਪੁਰ ਕੰਡੀ ਦਾ ਇਲਾਕਾ ਜੋ ਪਹਿਲਾਂ ਅਣਜਾਣਿਆ ਸਥਾਨ ਸੀ ਹੁਣ ਉਹ ਹੁਣ ਇੱਕ ਸੁੰਦਰ ਟ੍ਰੇਨਿੰਗ ਸੈਂਟਰ ਹੈ ਡੰਡੀ ਪੰਜਾਬ ਵਿੱਚ ਸੈਲਾਨੀ ਸੂਚਨਾ ਕੇਂਦਰ ਨੂੰ ਸੁਧਾਰਿਆ ਜਾ ਰਿਹਾ ਹੈ ਡੰਡੀ ਪਠਾਨਕੋਟ ਅਤੇ ਨੰਗਲ ਦੇ ਟੂਰਿਸਟ ਬੰਗਲਿਆਂ ਵਿੱਚ ਨਾ ਨਫਾ ਤੇ ਨਾ ਨੁਕਸਾਨ ਦੇ ਆਧਾਰ ਤੇ ਭੋਜਨ ਸ਼ਾਲਾਵਾਂ ਚਲਾਈਆਂ ਜਾ ਰਹੀਆਂ ਹਨ ਡੰਡੀ ਅਜਹੀ ਸੇਵਾ ਦਾ ਉਪਬੰਧ ਹੋਰ ਥਾਵਾਂ ਤੇ ਕੀਤਾ ਜਾ ਰਿਹਾ ਹੈ ਡੰਡੀ ਇਹ ਵੀ ਤਜਵੀਜ਼ ਹੈ ਕਿ ਵਕ ਵਕ ਸਹਿਰ ਸਪਾਟੇ ਵਾਲੀਆਂ ਥਾਵਾਂ ਤੇ ਟੂਰਿਸਟ ਬੰਗਲਿਆਂ ਤੋਂ ਇਲਾਵਾ ਟੂਰਿਸਟ ਹੋਟਲ ਉਸਾਰੇ ਜਾਣ ਡੰਡੀ ਕਈ ਲੰਬੇ ਰੂਟਾਂ ਲਈ ਰਾਜ ਸਰਕਾਰ ਨੇ ਟੂਰਿਸਟਾਂ ਲਈ ਡੀਲਕਸ ਬੱਸਾਂ ਵੀ ਚਲਾਈਆਂ ਹਨ ਡੰਡੀ ਪਹਾੜੀ ਅਤੇ نیم ਪਹਾੜੀ ਇਲਾਕਿਆਂ ਵਿੱਚ ਸ਼ਿਕਾਰ ਖੇਡਣ ਦੀਆਂ ਸਹੂਲਤਾਂ ਵੀ ਵਧਾਈਆਂ ਗਈਆਂ ਹਨ ਡੰਡੀ ਰੋਪੜ ਹੈਡਵਰਕਸ ਉੱਤੇ ਕਿਸ਼ਤੀਆਂ ਚਲਾਉਣ ਦੀ ਸਹੂਲਤ ਦਾ ਤਸੱਲੀ ਬਖਸ਼ ਬੰਦੋਬਸਤ ਹੈ ਡੰਡੀ ਸੈਰ ਸਪਾਟੇ ਦੁਆਰਾ ਕਾਮਨ ਸੈਂਸ ਵਿਵਦਦੀ ਹੈ ਡੰਡੀ ਸਟਾਪ